किसानी संघर्ष के दरमियान पंजाब दीआं सियासी पार्टियां खिलाफ आम लोकां दीआं नाराजगियां वड्डे रोस प्रदर्शनां दे रूप विच सामने आ रही ने, जिथे अज एक पासे अबोहर पहुंचे श्रोमणी अकाली दल दे सुखबीर सिंह बादल दा किसानां वलों तकड़ा विरोध किया गया है, उत्थे ही साबका कैबिनेट मंत्री हरसिमरत कौर बादल ते भी किसानां दा रोह भारू पिया है। खबर श्री मुक्तसर साहिब दी है, जिथे हरसिमरत कौर बादल दे काफले दा किसानां वलों जबरदस्त विरोध किया गया। इस मौके किसानां वलों केंद्र सरकार ते अकाली भाजपा गठजोड़ खिलाफ नारे बाजी भी की गई। किसानों का आखना है कि जिन्ना समा केंद्र सरकार वालों जारी किए गए तीन काले कानूनों रद्द नहीं किया जाता या फिर सियासी आगू इन कानूनों रद्द नहीं करवाते, उन्ना समा इन सियासी लीडर का इस तरह विरोध किया जाएगा। उन्होंने ये भी आखे कि जिन्ना समा काले कानून रद्द नहीं होंगे, उन्ना समा कोई भी पार्टी अपनी वोट बैंक मजबूत करने के लिए लोगों के ना जाए। इस ही किसानों का आखना है कि इस तरह ही इन सियासी लीडर का लगातार विरोध किया जाएगा और उन्होंने घेर के तीन काले कानूना नूं लै के सवाल जवाब भी किते जाणगे। इस मौके किसानां वालों किए गए विरोध ते अपना पक्ष जाहिर करदे होए किसान आगू सुखदेव सिंह ने आख्या है कि पहलां अकाली दल ने इन्हां तीन खेतीबाड़ी कानूना नूं चंगा आख्या सी। उन्हां इह भी आखे कि अज दा किसान बहुत ही जागरूक हो चुका है, हर गल जानदा है, पर हरसिमरत कौर बादल साडे सवालां दा जवाब दित्ते बिना ही साडे कोलों लंघ गए। विरोध दौरान उत्थे मौजूद किसान आगू बलविंदर सिंह वालों भी यह गल आखी गई है कि अज साबका केंद्रीय मंत्री हरसिमरत कौर बादल अपनी चोणां दे संबंध विच लोकां दे नाल गलबात करन लई श्री मुक्तसर साहिब विखे पहुंचे सन, पर किसानां दे नाल किस तरह की भी कोई भी गल नहीं की गई। उन्होंने आख्या कि हरसिमरत कौर बादल बारी बारी यह गल कह रहे ने कि उह किसानां दे हितैषी ने, पर सवाल यह उठता है कि जब तीन खेतीबाड़ी कानून तैयार हो रहे सन तो उस समय बीबा हरसिमरत कौर बादल वालों इस उपर अपने दस्तखत क्यों किए गए। ਸਾਡਾ ਵਿਰੋਧ ਇਹਦਾ ਇਹ ਆ ਵੀ ਜੇ ਪਹਿਲਾਂ ਕਹਿ ਰਿਹਾ ਸੀ ਬਿੱਲ ਬਹੁਤ ਵਧੀਆ ਨੇ, ਸਾਰੇ ਆ ਪਿਓ ਪੁੱਤਾਂ ਨੇ ਸਾਰੇ ਨੇ ਇਹਨਾਂ ਬੁੜੇ ਬਾਦਲ ਤੋਂ ਵੀ ਖਵਾਤਾ ਵੱਡੇ ਬਾਦਲ ਤੋਂ ਵੀ ਕਾਨੂੰਨ ਬਹੁਤ ਵਧੀਆ। ਅਸੀਂ ਅੱਜ ਇਹਨਾਂ ਨੂੰ ਇਸ ਕਰਕੇ ਪੁੱਛਣ ਆਏ ਸੀ ਵੀ ਕਦੇ ਤੁਸੀਂ ਕਹਿ ਦਿੰਦੇ ਜੀ ਕਾਨੂੰਨ ਚੰਗੇ ਨੇ, ਕਦੇ ਕਹਿ ਦਿੰਦੇ ਜੇ ਤੁਸੀਂ ਇਹ ਕਿਸਾਨਾਂ ਲਈ ਹਾਨੀਕਾਰਕ ਨੇ। ਪਰ ਕਿਸਾਨ ਦੇਸ਼ ਦਾ ਜਿਹੜਾ ਜਾਗ ਚੁੱਕਾ ਹੈ, ਹਰ ਗੱਲ ਦਾ ਕਿਸਾਨ ਜਵਾਬ ਮੰਗਦਾ, ਜਵਾਬ ਦੇ ਕੇ ਜਾਣ, ਜਵਾਬ ਦੇ ਕੇ ਨਹੀਂ ਗਏ। ਤੁਹਾਡੇ ਮਾਧਿਅਮ ਰਾਹੀਂ ਇੱਕ ਹੋਰ ਬੇਨਤੀ ਕਰਦੇ ਇਹਨਾਂ ਨੂੰ, ਅਸੀਂ ਸਵਾਲ ਜਵਾਬ ਇਹ ਪੁੱਛਣੇ ਕਾਨੂੰਨ ਚੰਗੇ ਅਤੇ ਮਾੜੇ, ਸਾਡੇ ਅੰਦੋਲਨ ਨੂੰ ਵੱਡੀ ਢਾਲ ਆਉਣ ਖਾਤਰ ਸਭ ਤੋਂ ਵੱਧ ਸਾਰੀਆਂ ਪਾਰਟੀਆਂ ਨਾਲੋਂ ਕਾਂਗਰਸ ਅਤੇ ਅਕਾਲੀ ਦਲ ਦਾ ਵੱਧ ਜ਼ੋਰ ਲੱਗਾ ਕਿਵੇਂ ਨਾ ਕਿਵੇਂ ਅੰਦੋਲਨ ਨੂੰ ਫੇਲ ਕੀਤਾ ਜਾਵੇ। ਅਤੇ ਅਸੀਂ ਅੱਜ ਇਹਨਾਂ ਨੂੰ ਚੈਲੰਜ ਕਰਦੇ ਹਾਂ, ਜਿਵੇਂ ਸਾਡੇ ਪ੍ਰੋਗਰਾਮ ਆ ਪੈਰਲ ਪ੍ਰੋਗਰਾਮ ਦਿੱਤੇ ਅਤੇ ਅਸੀਂ ਉਸ ਤੋਂ ਅੱਗੇ ਜੇਕਰ ਇਹਨਾਂ ਨੇ ਇਹ ਪ੍ਰੋਗਰਾਮ ਦਿੱਤੇ ਅਤੇ ਇਹਨਾਂ ਦਾ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਰੋਜੀ ਵਰਕੰਦੀ ਹੋਵੇ, ਭਾਵੇਂ ਹਰਸਿਮਰਤ ਕੌਰ ਬਾਦਲ ਹੋਵੇ, ਅਸੀਂ ਇਹਨਾਂ ਦੀ ਕੋਠੀਆਂ ਦਾ ਘਿਰਾਓ ਕਰਾਂਗੇ ਜੇਕਰ ਸਾਡੇ ਪ੍ਰੋਗਰਾਮ ਦੇ ਪ੍ਰੋਗਰਾਮ ਬਰਾਬਰ ਰੱਖਿਆ ਗਿਆ। ਸਵਾਲਾਂ ਦੇ ਜਵਾਬ ਕਿਸਾਨ ਕਰਦੇ ਰਹਿਣਗੇ ਅਤੇ ਕਰਦੇ ਰਹਾਂਗੇ। ਇਹਨਾਂ ਨੂੰ ਜਿੰਨਾ ਚਿਰ ਚੋਣ ਕਮਿਸ਼ਨ ਐਲਾਨ ਨਹੀਂ ਕਰਦਾ ਆਪੋ ਆਪਣੇ ਘਰਾਂ 'ਚ ਬੈਠਣਾ ਚਾਹੀਦਾ, ਜੇਕਰ ਕਿਸਾਨ ਅੰਦੋਲਨ ਦੇ ਅਤੈਸ਼ੀ ਹੋਣਗੇ ਤਾਂ। ਗੱਲ ਤਾਂ ਗੱਲ ਵੋਟਾਂ ਦੀ ਕਰ ਰਹੇ, ਮੇਰੇ ਕੋਲ ਪ੍ਰੋਗਰਾਮ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰਨ, ਨਾ ਲੋਕ ਮੂਰਖ ਬਣਨਗੇ। ਅੱਜ ਕਿਸਾਨ ਦੇ ਜਿਹੜਾ ਦੇਸ਼ ਦਾ ਉਹ ਜਾਗਰੂਕ ਹੋ ਚੁੱਕਾ। ਅੱਜ ਬੀਬਾ ਹਰਸਿਮਰਜੀਤ ਕੌਰ ਇੱਥੇ ਜਿਹੜਾ ਹੈਗਾ ਉਹ ਆਪਦੇ ਇਲੈਕਸ਼ਨ ਦੀ ਮੁਹਿੰਮ ਕਰਕੇ ਆਈ ਸੀਗੀ, ਨਾ ਕਿ ਕਿਸਾਨਾਂ ਦਾ। ਵਾਰੀ ਵਾਰੀ ਉਹ ਕਹਿ ਰਹੇ ਕਿ ਮੈਂ ਕਿਸਾਨਾਂ ਦੀ ਅਤੈਸ਼ੀ ਹੈ, ਪਰ ਜਦੋਂ ਕਾਲੇ ਕਾਨੂੰਨ ਬਣ ਰਹੇ ਸੀ ਪਹਿਲਾਂ ਸਾਰਿਆਂ ਨੂੰ ਜਿਹੜਾ ਬੀਬਾ ਹਰਸਿਮਰਤ ਨੇ ਦਸਤਖਤ ਕੀਤੇ ਸੀਗੇ ਔਰ ਇਹ ਕਿਹਾ ਸੀ ਕਿ ਕਾਨੂੰਨ ਬਹੁਤ ਚੰਗੇ ਹੈ। ਹਰਸਿਮਰਤ ਦੀ ਵੀ ਵੀਡੀਓ ਆਈ ਸੀਗੀ, ਸੁਖਬੀਰ ਬਾਦਲ ਦੀ ਵੀ ਆਈ ਸੀ, ਅਤੇ ਅਖੀਰ ਬੁੱਢੇ ਬਾਦਲ ਤੋਂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਇਹਨਾਂ ਨੇ ਅਖਵਾਇਆ ਕਿ ਜਿਹੜੇ ਕਾਨੂੰਨ ਬਹੁਤ ਚੰਗੇ ਹੈ। ਪਰ ਜਿਹੜੇ ਇਹ ਕਾਲੇ ਕਾਨੂੰਨ ਆ ਜਿਨ੍ਹਾਂ ਦੀ ਖਾਤਰ ਸਾਡੇ ਕਿਸਾਨ ਇੱਕ ਸਾਲ ਤੋਂ ਦਿੱਲੀ ਦੇ ਵਿੱਚ ਬੈਠੇ ਹੈ, ਜਿੰਨਾ ਚਿਰ ਇਹ ਵਾਪਸ ਨਹੀਂ ਹੁੰਦੇ ਅਸੀਂ ਇਸੇ ਤਰ੍ਹਾਂ ਇਹਨਾਂ ਦਾ ਵਿਰੋਧ ਕਰਦੇ ਰਹਾਂਗੇ। ਕਿਉਂਕਿ ਜਿਹੜਾ ਇਲੈਕਸ਼ਨ ਦੀ ਗੱਲ ਹੈ, ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਇਹ ਕਿਹਾ ਗਿਆ ਕਿ ਜਿੰਨਾ ਚਿਰ ਕਿਸਾਨ ਮੋਰਚਾ ਖਤਮ ਨਹੀਂ ਹੁੰਦਾ ਉਹਨਾਂ ਚਿਰ ਇਲੈਕਸ਼ਨ ਨਹੀਂ ਹੋਣੇ ਚਾਹੀਦੇ, ਔਰ ਇਹ ਆਪਦਾ ਜਿਹੜਾ ਹੈਗਾ ਇਲੈਕਸ਼ਨ ਦੀ ਮੁਹਿੰਮ ਚਲਾ ਰਹੇ ਹੈ।